ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਗੀ ਜਥੇ ਦੁਆਰਾ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਰੋਜ਼ਾਨਾ ਜਾ ਕੇ ਕੀਰਤਨ ਕੀਤੇ ਜਾਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਅਤੇ ਸੋਮਵਾਰ ਨੂੰ SGPC ਦਾ ਇਹ ਪਹਿਲਾ ਜਥਾ ਭਾਈ ਸ਼ੌਕੀਨ ਸਿੰਘ ਜੀ ਦੀ ਪ੍ਰਧਾਨਗੀ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਰਸਤੇ ਕਰਤਾਰਪੁਰ ਸਾਹਿਬ ਪਹੁੰਚਿਆ ਅਤੇ SGPC ਦੇ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾ ਕੇ ਕੀਰਤਨ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਹੀ ਅੱਜ ਤੋਂ SGPC ਦੇ ਵੱਲੋਂ ਰੋਜ਼ਾਨਾ ਇੱਕ ਜਥਾ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਪਹੁੰਚ ਕੇ ਉੱਥੋਂ ਦੀਆਂ ਸੰਗਤਾਂ ਨੂੰ ਕੀਰਤਨ ਸੁਣਾਉਣ ਤੋਂ ਬਾਅਦ ਆਮ ਸ਼ਰਧਾਲੂਆਂ ਦੇ ਵਾਂਗ ਸ਼ਾਮ ਨੂੰ ਇਸੇ ਰਸਤੇ ਵਾਪਸ ਪਰਤਿਆ ਕਰੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਹੋਈ ਹੈ। ਸਿੱਖ ਸੰਗਤਾਂ ਬੜੇ ਲੰਬੇ ਅਰਸੇ ਤੋਂ ਅਰਦਾਸਾਂ ਬੇਨਤੀਆਂ ਕਰ ਰਹੀਆਂ ਸੀ ਕਿ ਸਾਡੇ ਵਿਛੜੇ ਗੁਰਧਾਮਾਂ ਦੇ ਸਾਨੂੰ ਖੁੱਲ੍ਹੇ ਦਰਸ਼ਨ ਦੀਦਾਰ ਸਤਿਗੁਰੂ ਬਖਸ਼ੇ, ਅਤੇ ਸਤਿਗੁਰਾਂ ਨੇ ਇਹ ਅਰਦਾਸ ਕਬੂਲ ਕੀਤੀ। ਸਿੱਖ ਸੰਗਤਾਂ ਦੀ, ਸਮੁੱਚੇ ਸੰਸਾਰ ਦੀ ਇਹ ਅਰਦਾਸ ਸੀ ਕਿ ਸਤਿਗੁਰਾਂ ਬਖਸ਼ਿਸ਼ ਕੀਤੀ ਹੈ ਕਿ ਪਾਕਿਸਤਾਨ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਖੁੱਲ੍ਹਿਆ ਪਿਛਲੇ ਮਹੀਨੇ 9 ਨਵੰਬਰ ਤੋਂ, ਅਤੇ ਸੰਗਤਾਂ ਜਾਣਾ ਸ਼ੁਰੂ ਹੋਈਆਂ ਅਤੇ ਸੰਗਤਾਂ 'ਚ ਬੜੀ ਖੁਸ਼ੀ ਹੈ। ਸੰਗਤਾਂ ਬੜਾ ਉਤਸ਼ਾਹ ਨਾਲ ਦਰਸ਼ਨ ਦਾਰੇ ਕਰ ਰਹੀਆਂ ਸਤਿਗੁਰਾਂ ਦਾ, ਕੋਟਾਨਕੋਟ ਸ਼ੁਕਰ ਹੈ। ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ, ਸਾਡੇ ਮਾਣਯੋਗ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲਾਂਗੋਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੇ ਇਹ ਉਪਰਾਲਾ ਕੀਤਾ ਕਿ ਜਿੱਥੇ ਸਿੱਖ ਸੰਗਤਾਂ ਦਰਸ਼ਨ ਕਰਨ ਜਾ ਰਹੀਆਂ ਅਤੇ ਉਸ ਗੁਰਧਾਮ 'ਤੇ ਕਰਤਾਰਪੁਰ ਸਾਹਿਬ ਵਿਖੇ ਅੱਜ ਤੋਂ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਉੱਥੇ ਜਾ ਕੇ ਰੋਜ਼ਾਨਾ ਕੀਰਤਨ ਕਰਿਆ ਕਰਨਗੇ ਅਤੇ ਕੀਰਤਨ ਕਰਕੇ ਸ਼ਾਮ ਨੂੰ ਉਸੇ ਤਰ੍ਹਾਂ ਸੰਗਤਾਂ ਦੇ ਨਾਲ ਵਾਪਸ ਪਰਤਾਇਆ ਕਰਨਗੇ। ਅੱਜ ਸੁਭਾਗਾ ਸਮਾਂ ਕਿ ਦਾਸ ਦੇ ਜਥੇ ਨੂੰ ਇਹ ਮੌਕਾ ਮਿਲਿਆ ਹੈ ਅਤੇ ਅੱਜ ਸ਼ੁਰੂਆਤ ਹੋਈ ਹੈ ਅਤੇ ਸਵੇਰੇ ਅਸੀਂ 10 ਵਜੇ ਗੁਰੂ ਸਾਹਿਬ ਦੇ ਦਰ 'ਤੇ ਪਹੁੰਚ ਗਏ ਸੀ। ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ, ਸਤਿਗੁਰਾਂ ਦੇ ਦਰਸ਼ਨ ਕੀਤੇ ਅਤੇ ਉੱਥੇ 2 ਟਾਈਮ ਕੀਰਤਨ ਦੀ ਹਾਜ਼ਰੀ ਭਰੀ। ਬਹੁਤ ਸੰਗਤਾਂ ਨੇ ਵੀ ਅਸੀਸਾਂ ਦਿੱਤੀਆਂ ਅਤੇ ਅਰਦਾਸਾਂ ਨੇ ਆਨੰਦ ਮਾਣਿਆ। ਸਤਿਗੁਰਾਂ ਦੇ ਦਰਸ਼ਨਦਾਰ, ਖੁੱਲ੍ਹੇ ਦਰਸ਼ਨਦਾਰ ਹੋਏ। ਸਤਿਗੁਰਾਂ ਦਾ ਕੋਟਾਨਕੋਟ ਧੰਨਵਾਦ ਹੈ। ਸਾਰੀ ਸਿੱਖ ਸੰਗਤਾਂ ਨੂੰ, ਸਮੁੱਚੇ ਸੰਸਾਰ ਨੂੰ ਇਸ ਖੁਸ਼ੀ ਦੀ ਲੱਖ ਲੱਖ ਵਧਾਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੈਰ, ਲੰਮੇ ਸਮੇਂ ਤੋਂ ਸਿੱਖ ਭਾਈਚਾਰੇ ਦੀ ਅਰਦਾਸ ਪੂਰੀ ਹੋਈ ਹੈ ਅਤੇ ਲਾਂਘਾ ਖੁੱਲ੍ਹ ਗਿਆ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ ਦੀ ਰਿਪੋਰਟ, ਪੈਰੇਦਾ TV।